ਤੁਸੀਂ ਦੇਖ ਲਓ ਡੀਸੀ ਦਫ਼ਤਰ ਦੇ ਵਿੱਚ, ਡੀਸੀ ਦਫ਼ਤਰ ਦੇ ਵਿੱਚ ਕਾਂਗਰਸ ਦੀ ਬਣੀ ਮਹਿਮਤ ਧੂ ਹੋਈ ਆ, ਤਸਵੀਰਾਂ ਦੇਖ ਲਓ ਤੁਸੀਂ ਡੀਸੀ ਦਫ਼ਤਰ ਦੀਆਂ ਡੀਸੀ ਦਫ਼ਤਰ ਦੀਆਂ ਤਸਵੀਰਾਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ। ਜਿਹੜਾ ਪਰਚਾ ਦੇਣਾ ਦੇ ਆ ਬੈਠੇ, ਇਹ ਕੋਈ ਤਰੀਕਾ ਮੈਨੂੰ ਦੱਸੋ, ਇਹ ਕੋਈ ਤਰੀਕਾ ਬਾਹਰ ਮਾਮਾ ਲੱਗਦਾ ਬਾਹਰ ਭੇਜਣ ਦਾ, ਹੱਥ ਮਾਰਦੇ ਜਿੱਦਾਂ ਨਵੇਂ ਡੀਸੀ ਆ ਗਏ ਇੱਥੇ, ਇੱਕ ਨੰਬਰ ਦਾ ਕਰਪਟ ਆ ਸਾਡਾ ਜਿਹੜਾ ਸਾਲ ਇੱਕ ਰਹਿ ਗਿਆ, ਕਿਹੜਾ ਬੰਬ ਚੱਲ ਜਾਣਾ ਸਾਡੇ ਤੇ, ਇੱਥੋਂ ਡੀਟੀ ਡੀਟੀ ਰਹਿ ਗਈ ਗਿਆ ਨੂੰ ਪਤਾ ਸਾਨੂੰ, ਸ਼ਰੇਆਮ ਹੀ ਕਹਿ ਦੋ ਕਿ ਅਸੀਂ ਜੀ ਧੱਕਾ ਕਰਨਾ, ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ, ਤੁਸੀਂ ਜੋ ਕੁਝ ਕਰਨਾ ਕਰੋ, ਅਸੀਂ ਤੇ ਸਾਡੇ ਕੋਲ ਜੋ ਤਾਕਤ। ਬਾਜਵਾ ਸਾਹਿਬ ਛੱਡੋ ਇਹਨਾਂ ਗੱਲਾਂ ਨੂੰ, ਕਸ਼ਨ ਬਾਹਰ ਕੱਢ ਕੇ ਦੱਸੀ, ਕਦੋਂ ਨੂੰ ਬਾਹਰ ਕੱਢੋ, ਤੁਸੀਂ ਦੇਖ ਲਓ ਡੀਸੀ ਦਫ਼ਤਰ ਦੇ ਵਿੱਚ, ਡੀਸੀ ਦਫ਼ਤਰ ਦੇ ਵਿੱਚ ਕਾਂਗਰਸ ਦੀ ਬਣੀ ਮਹਿਮਤ ਧੂ ਹੋਈ ਆ, ਤਸਵੀਰਾਂ ਦੇਖ ਲਓ ਤੁਸੀਂ ਡੀਸੀ ਦਫ਼ਤਰ ਦੀਆਂ, ਡੀਸੀ ਦਫ਼ਤਰ ਦੀਆਂ ਤਸਵੀਰਾਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ, ਮੈਨੂੰ ਡੀਸੀ ਨੂੰ ਕਹੋ ਕਿ ਜੇ ਲੱਤਾਂ 'ਚ ਜਾਣਾ ਅੱਗੇ ਨੂੰ ਕਹੋ ਕਿ ਤੁਹਾਨੂੰ ਕੱਢ ਕੇ ਬਾਹਰ ਦੱਸ, ਸਾਡੇ ਮਾਰਦੇ ਦਾ ਪੁੱਤ ਬਣਾਉਂਦਾ ਮਾਰਦੇ ਉਹਨੂੰ ਬਾਹਰ, ਇਹ ਸਾਡਾ ਦਫ਼ਤਰ, ਇਹਦੇ ਪਿਓਰਾ ਦਫ਼ਤਰ ਨਹੀਂ ਡੀਸੀ ਦਾ, ਪਬਲਿਕ ਦਾ ਦਫ਼ਤਰ ਵੀ ਪਬਲਿਕ ਦੇ ਨੁਮਾਇੰਦੇ ਆ, ਇਹਨੂੰ ਕਹਿ ਕੱਢ ਕੇ ਦੱਸੇ, ਜਿਹੜਾ ਪਰਚਾ ਦੇਣਾ ਦੇ ਆ ਬੈਠੇ, ਕੋਈ ਤਰੀਕਾ ਮੈਨੂੰ ਦੱਸੋ, ਇਹ ਕੋਈ ਤਰੀਕਾ ਬਾਹਰ ਮਾਮਾ ਲੱਗਦਾ ਬਾਹਰ ਭੇਜਣ ਦਾ, ਹੱਥ ਮਾਰਦੇ ਜਿੱਦਾਂ ਨਵੇਂ ਡੀਸੀ ਆ ਗਏ ਇੱਥੇ, ਇੱਕ ਨੰਬਰ ਦਾ ਕਰਪਟ ਆ ਸਾਡਾ ਜਿਹੜਾ ਸਾਲ ਇੱਕ ਰਹਿ ਗਿਆ, ਕਿਹੜਾ ਬੰਬ ਚੱਲ ਜਾਣਾ ਸਾਡੇ ਤੇ, ਇੱਥੋਂ ਡੀਟੀ ਡੀਟੀ ਰਹਿ ਗਈ ਗਿਆ ਨੂੰ ਪਤਾ ਸਾਨੂੰ, ਸ਼ਰੇਆਮ ਹੀ ਕਹਿ ਦੋ ਕਿ ਅਸੀਂ ਜੀ ਧੱਕਾ ਕਰਨਾ, ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ, ਤੁਸੀਂ ਜੋ ਕੁਝ ਕਰਨਾ ਕਰੋ, ਅਸੀਂ ਤੇ ਸਾਡੇ ਕੋਲ ਜੋ ਤਾਕਤ। ਬਾਜਵਾ ਸਾਹਿਬ ਛੱਡੋ ਇਹਨਾਂ ਗੱਲਾਂ ਨੂੰ, ਕਸ਼ਨ ਬਾਹਰ ਕੱਢ ਕੇ ਦੱਸੀ, ਕਦੋਂ ਨੂੰ ਬਾਹਰ ਕੱਢੋ, ਬੀਜੇਪੀ ਉਹ ਬਲਾਕ 'ਚ ਮੈਂ ਆਇਆ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਸਾਰੇ ਪੰਜਾਬ 'ਚ ਵੱਡੇ ਪੈਮਾਨੇ 'ਤੇ ਇਹ ਆਪ ਸਰਕਾਰ ਨੇ ਧਾਰਨ ਦੇ ਦਿੱਤੇ, ਅਫਸੋਸ ਦੀ ਗੱਲ ਹੈ, ਕਈ ਪੰਚਾਇਤਾਂ ਇਹੋ ਜਿਹੀਆਂ ਨੇ, ਇੱਥੇ ਬਾਂਸ ਬਰੇਲੀ ਇੱਕ ਪਿੰਡ ਹੈ ਡੋਗਰ ਮੇਸ਼ਾ 'ਚੋਂ, ਪੱਤੀ ਵੱਖਰੀ ਹੋਈ ਹੈ, ਸਾਰੇ ਪਿੰਡ ਦੇ ਵਿੱਚ ਇੱਕ ਵੀ ਘਰ ਸ਼ਡਿਊਲ ਕਾਸਟ ਵੀਰਾਂ ਦਾ ਹੈ ਨਹੀਂ, ਉਸ ਪਿੰਡ ਨੂੰ ਐਸੀ ਕਰ ਦਿੱਤਾ, ਬਹੁਤ ਸਾਰੇ ਲੋਕਾਂ ਦੀਆਂ ਵਾਰਡ ਬੰਦੀਆਂ ਦੇ ਵਿੱਚ ਇੱਥੋਂ ਦੇ MLA ਦੇ ਕਹਿੰਦੇ, ਅਨਫੋਰਚੁਨੇਟ ਗੱਲ ਹੈ ਕਿ ਕਿਸੇ ਦੀ ਵੋਟ ਕਿਤੇ ਹੈ ਉਹਨੂੰ ਦੂਸਰੇ ਵਾਰਡਾਂ 'ਚ ਪਹੁੰਚਾ ਦਿੱਤਾ, ਰੈਜ਼ਰਵੇਸ਼ਨ ਜਿਹੜੀ ਮਹਿਕਮੇ ਨੂੰ ਚਾਹੀਦੀ ਸੀ ਕੈਲੰਡਰ ਮੁਤਾਬਕ ਕਰਨੀ, ਉਹ ਆਪਦੇ MLA ਕਰ ਰਹੇ ਨੇ, ਵੱਡੇ ਪੈਮਾਨੇ 'ਤੇ ਲੁੱਟ ਹੈ, ਦੋ ਦੋ ਤਿੰਨ ਤਿੰਨ ਪਾਸਿਓਂ ਇਹਨਾਂ ਦੇ MLA ਪੈਸੇ ਲੈ ਰਹੇ ਨੇ, ਪਹਿਲੇ ਤੇ ਕਿਸੇ ਨੂੰ ਕਹਿਤਾ ਰੈਜ਼ਰਵੇਸ਼ਨ ਕਰਦੇ ਨੇ ਉਹਦੇ ਕੋਲ ਫੜ ਲਏ ਨੇ, ਕਿਸੇ ਨੇ ਕਹਿਤਾ ਰੈਜ਼ਰਵੇਸ਼ਨ ਰੋਕ ਤੋਂ ਉਹਦੇ ਕੋਲ ਫੜ ਲਏ ਨੇ, ਜਿਹੜਾ ਆਇਆ ਉਹਦੇ ਕੋਲ ਪੈਸਿਆਂ ਦਾ, ਮੇਰਾ ਖਿਆਲ ਹੈ ਇੰਨੀ ਕਰਪਟ ਗਵਰਨਮੈਂਟ, ਇੰਨੇ ਕਰਪਟ ਇਹਨਾਂ ਦੇ MLA, ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਂ ਨਹੀਂ ਕਿਤੇ,
ਇਹ ਮੈਂ ਸਮਝਦਾ ਕਿ ਸਾਰਿਆਂ ਨੂੰ ਵੱਡਾ ਜਮਹੂਰੀਅਤ ਦਾ ਕਤਲ ਭਗਵੰਤ ਨੇ ਤੇ ਇਹਦੀ ਟੀਮ ਨੇ ਕੀਤਾ। ਅਲੀ ਬਾਬਾ ਤੇ ਚਾਰੀ ਚੋਰਾਂ ਵਾਲਾ ਇਹਨਾਂ ਦਾ ਕੰਮ ਹੈ। ਕੋਈ ਸੈਕਟਰੀ ਅਵੇਲੇਬਲ ਨਹੀਂ, ਟੈਲੀਫੋਨ ਸੈਕਟਰੀ ਨੇ ਬੰਦ ਕੀਤੇ ਨੇ, ਕਿਸੇ ਨਾਲ ਗੱਲ ਕਰੀ ਦੀ ਉਹ ਕਹਿੰਦੇ ਜੀ ਅਸੀਂ ਕਰੀਏ ਕੀ, ਸਾਨੂੰ ਡਰਾਇਆ ਧਮਕਾਇਆ ਬੜਾ। ਬੀਡੀਪੀਓ ਕਿਤੇ ਨਹੀਂ ਕੋਈ ਲੱਭਦਾ, ਕਿਤੇ ਸੈਕਟਰੀ ਨਹੀਂ ਲੱਭਦਾ, ਕੋਈ ਟੈਲੀਫੋਨ ਨਹੀਂ ਕਰਦੇ। ਤੋ ਮੈਂ ਸਮਝਦਾ ਕਿ ਵੱਡੇ ਪੈਮਾਨੇ ਤੇ ਵੱਡੀ ਧਾਂਦਲੀ ਹੈ। 70% ਪੰਜਾਬ ਪਿੰਡਾਂ ਚ ਵਸਦਾ। ਇਹਨਾਂ ਨੇ ਜਿਹੜੀ ਸਹੀ ਜਮਹੂਰੀਅਤ ਹੈ, ਲੋਕ ਰਾਜ ਸਾਡਾ ਪੰਚਾਇਤਾਂ ਤੋਂ ਸ਼ੁਰੂ ਹੁੰਦਾ, ਇਹਨਾਂ ਪੰਚਾਇਤਾਂ ਦੇ ਇੰਟਰਸਟ ਹੀ ਕਤਲ ਕਰ ਦਿੱਤੇ। ਤੋ ਇਸ ਕਿਸਮ ਦੀ ਸਰਕਾਰ ਤੋਂ ਕੀ ਅਸੀਂ ਐਕਸਪੈਕਟ ਕਰ, ਜਿੱਥੇ ਫਰੀ ਇਲੈਕਸ਼ਨ ਨਹੀਂ ਹੋ ਸਕਦੀ। ਭਗਵੰਤ ਨੇ ਅਸੈਂਬਲੀ ਦੇ ਵਿੱਚ ਫਲੋਰ ਆਫ ਦੀ ਹਾਊਸ ਦੇ ਵਿੱਚ ਇਸ ਗੱਲ ਦੀ ਸਾਨੂੰ ਸਾਰੇ ਹਾਊਸ ਨੂੰ ਤੇ ਪੰਜਾਬ ਨੂੰ ਇਹਦੀ ਇਸ਼ੋਰੈਂਸ ਦਿੱਤੀ ਸੀ ਕਿ ਫਰੀ ਐਂਡ ਫੇਅਰ ਪੋਲ ਹੋਏਗਾ, ਹਰ ਆਦਮੀ ਨੂੰ ਪੂਰਨ ਹੱਕ ਹੋਏਗਾ ਆਪਣੀਆਂ ਪੰਚਾਇਤਾਂ ਨੂੰ ਰਿਪ੍ਰੈਜੈਂਟ ਕਰਨ ਦਾ। ਮੈਂ ਸਮਝਦਾ ਕਿ ਇਹ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਪੰਚਾਇਤਾਂ ਦਾ ਤੇ ਪਿੰਡ ਦਾ ਤਾਂ ਕੋਈ ਸੌਰਿਆ ਨਹੀਂ, ਇਹਨਾਂ ਦੇ MLA ਦਾ ਜ਼ਰੂਰ ਸੌਰ ਗਿਆ। ਇਹਨਾਂ ਨੇ ਗੱਫੇ 3-3 ਜਗ੍ਹਾ ਤੋਂ ਚੱਕੇ, ਕੋਈ ਪਿੰਡ ਨਹੀਂ ਸੁੱਕਾ ਛੱਡਿਆ ਇਹਨਾਂ ਦੇ ਪਿਓ ਦੇ ਪੁੱਤਰਾਂ ਨੇ। ਮੈਂ ਹੈਰਾਨ ਹਾਂ ਕਿਸ ਕਿਸਮ ਦੇ ਲੋਕ ਨੇ, ਕਿਸ ਕਿਸਮ ਦੀ ਜਮਾਤ ਹੈ ਤੇ ਕਿਸ ਕਿਸਮ ਦੀ ਸਰਕਾਰ।